ਦੇਖੋ ਮੈਂ ਸਮਝਦੀ ਜਿਹੜਾ ਭਾਰਤੀ ਲੋਕ ਕਲਾਵਾਂ ਮੇਲਾ ਹੈ ਇਹਦਾ ਮਤਲਬ ਹੈ ਜੋ ਸਾਡਾ ਆਪਣਾ ਕਲਚਰ ਇੰਡੀਅਨ ਕਲਚਰ ਇਹ ਉਹਨੂੰ ਸਮਰਪਿਤ ਹੈ। ਜਿਸ ਤਰ੍ਹਾਂ ਤੁਸੀਂ ਸਮਝਦੇ ਹੋ ਕਿ ਜਿਸ ਤਰ੍ਹਾਂ ਸਾਡਾ ਯੂਥ ਜਿਹੜਾ ਆ ਨਸ਼ਿਆਂ ਵੱਲ ਜਾ ਰਿਹਾ ਹੈ ਔਰ ਬੇਰੁਜ਼ਗਾਰੀ ਵਿੱਚ ਹੋ ਕੇ ਅਤੇ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਹੈ, ਉਹਨਾਂ ਨੂੰ ਇੱਕ ਸਹੀ ਰਸਤਾ ਹੈ ਕਿ ਜਿਹੜੀ ਸੰਗੀਤ ਹੈ ਇੱਕ ਰੂਹ ਦੀ ਖੁਰਾਕ ਹੈ, ਇਹਦੇ ਨਾਲ ਬੱਚਿਆਂ ਦੀ ਜਿਹੜੀ ਦਿਸ਼ਾ ਗਲਤ ਹੋ ਰਹੀ ਆ ਦਿਸ਼ਾ ਰਾਈਟ ਸਾਈਡ 'ਤੇ ਲੈ ਕੇ ਜਾਣ ਵਾਸਤੇ ਇਹ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ। ਇਹ ਭਾਰਤੀ ਲੋਕ ਕਲਾਵਾਂ ਮੇਲਾ ਬਹੁਤ ਹੀ ਫੇਮਸ ਪਿਛਲੇ 35 ਸਾਲ ਤੋਂ ਲੱਗਦਾ ਆ ਰਿਹਾ ਔਰ ਪਿਛਲੇ 3 ਸਾਲ ਤੋਂ ਸਾਡੇ ਕਰਮ ਪਾਲਟੀ ਲੱਸੀ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਉਹਨਾਂ ਨੂੰ ਪੈਰਾਲਾਈਸ ਅਟੈਕ ਹੋ ਗਿਆ ਸੀਗਾ ਅਤੇ ਫਿਰ ਬੰਦ ਕਰਤਾ ਗਿਆ ਸੀਗਾ, ਲੇਕਿਨ ਬਾਬਾ ਜੀ ਦੀ ਪ੍ਰੇਰਣਾ ਦੇ ਨਾਲ ਇਹ ਫਿਰ ਮੇਲਾ ਅਸੀਂ ਬਾਬੇ ਜੋੜੇ ਨਾਲ ਇਸ ਹਾਈ ਸਕੂਲ 'ਚ ਕਰਵਾਇਆ ਹੈ ਕਿ ਸਾਡਾ ਜਿਹੜਾ ਯੂਥ ਆ ਸਾਡੇ ਬੱਚੇ ਕਾਲਜ ਯੂਨੀਵਰਸਿਟੀ ਬੱਚੇ ਆ ਉਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਬਹੁਤ ਵੱਡਾ ਇਹ ਕੰਪੀਟੀਸ਼ਨ ਆ ਬੱਚਿਆਂ ਦਾ। ਇਹ ਪੂਰੇ ਇੰਡੀਆ ਤੋਂ ਆ ਰਿਹਾ ਜੀ ਕਾਲਜ ਯੂਨੀਵਰਸਿਟੀਆਂ, ਤੁਸੀਂ ਜਿਹੜੀਆਂ ਨਾਮੀ ਯੂਨੀਵਰਸਿਟੀਆਂ ਚਾਹੇ ਡੀ ਏ ਵੀ ਕਾਲਜ ਯੂਨੀਵਰਸਿਟੀ ਆ ਚਾਹੇ ਬਾਬਾ ਭਗਤ ਸਿੰਘ ਯੂਨੀਵਰਸਿਟੀ ਆ, ਲਵਲੀ ਯੂਨੀਵਰਸਿਟੀ ਆ, ਐਚ ਐਮ ਵੀ ਕਾਲਜ, ਕੇ ਐਮ ਵੀ ਕਾਲਜ ਔਰ ਬਾਹਰਲੀਆਂ ਸਟੇਟਸ ਹਰਿਆਣੇ ਤੋਂ ਤੁਸੀਂ ਦੇਖਿਆ ਹੋਣਾ ਦਿੱਲੀ ਤੋਂ ਟੀਮਾਂ ਵੀ ਆਈਆਂ ਔਰ ਸਾਡੇ ਐਨ ਆਰ ਆਈ ਬਹੁਤ ਆਏ ਹੋਏ ਨੇ। ਇਸ ਮੈਨੇਜਮੈਂਟ ਦਾ ਕਿਵੇਂ ਸੁਨੇਹਾ ਜਾਂਦਾ ਉਹਨਾਂ ਸਕੂਲਾਂ ਕਾਲਜਸ ਨੂੰ ਜਿਨ੍ਹਾਂ ਨੇ ਪਾਰਟੀਸਪੇਟ ਕਰਨਾ? ਇਹ ਸਾਡੀਆਂ ਤੁਸੀਂ ਦੇਖਦੇ ਪਿਛਲੇ ਲਗਾਤਾਰ ਇੱਕ ਮਹੀਨੇ ਤੋਂ ਸਾਡੀਆਂ ਇੱਥੇ ਮੀਟਿੰਗ ਚੱਲ ਰਹੀਆਂ ਸੀ, ਮੀਡੀਆ ਸੋਸ਼ਲ ਮੀਡੀਆ ਦੇ ਸਾਡੇ ਅਖਬਾਰ ਪੇਪਰ ਮੀਡੀਆ 'ਚ ਸੋਸ਼ਲ ਮੀਡੀਆ ਸਾਡੀਆਂ ਲਗਾਤਾਰ ਸਾਡੀਆਂ ਜਾ ਰਹੀਆਂ ਬਾਈਟ ਜਾ ਰਹੀ ਆ ਔਰ ਮੀਟਿੰਗ ਕਰਕੇ ਅਸੀਂ ਜੋ ਸਾਡੇ ਅਸੀਂ ਪ੍ਰੋਗਰਾਮ ਲਿਖਦੇ ਉਹ ਪਹੁੰਚ ਰਹੇ ਨੇ ਔਰ ਪਰਸਨਲੀ ਅਸੀਂ ਇਨਵੀਟੇਸ਼ਨ ਜਿਹੜੀਆਂ ਲੈਟਰ ਬਣਾ ਕੇ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਨੂੰ ਅਸੀਂ ਦੇ ਕੇ ਆਉਂਦੇ ਹਾਂ, ਉੱਥੇ ਦੇ ਵਾਈਸ ਚਾਂਸਲਰ ਨੂੰ ਦੇ ਕੇ ਆਉਂਦੇ ਹਾਂ। ਤੁਸੀਂ ਦੇਖ ਰਹੇ ਹੋ ਪ੍ਰਿੰਸੀਪਲ ਬੜੇ ਆਏ ਹੋਏ ਨੇ ਔਰ ਸਾਡੇ ਵੀ ਸੀ ਵੀ ਆ ਰਹੇ ਹਨ ਅਤੇ ਸਾਰਿਆਂ ਨੂੰ ਸਾਡੀ ਪਰਸਨਲ ਇਨਵੀਟੇਸ਼ਨ ਅਸੀਂ ਫਿਜ਼ੀਕਲੀ ਦੇ ਕੇ ਆਉਂਦੇ ਹਾਂ। ਇਹ ਜੋ ਪਾਰਟੀਸਪੇਟ ਕਰ ਰਹੀਆਂ ਟੀਮਾਂ ਇਹਨਾਂ ਨੂੰ ਜੱਜਸ ਕੌਣ ਕਰ ਰਹੇ? ਦੇਖੋ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਹੀ ਬੈਠੇ ਨੇ ਜੱਜ ਸਾਹਿਬ, ਇਹ ਵੀ ਬੜੇ ਸੀਨੀਅਰ ਮੋਸਟ ਜਿਹੜੇ ਪ੍ਰਿੰਸੀਪਲਸ ਨੇ ਔਰ ਉਹ ਸਾਡੇ ਵੀ ਸੀ ਨੇ ਜਿਹੜੇ ਇਸ ਕਲਾ ਦੇ ਨਾਲ ਜੁੜੇ ਹੋਏ ਨੇ, ਉਹ ਇਹਨਾਂ ਨੂੰ ਜੱਜ ਕਰ ਰਹੇ ਨੇ। ਜਿੱਦਾਂ ਤੁਸੀਂ ਗਿੱਧੇ ਵਾਲੇ ਆ ਉਹ ਗਿੱਧੇ ਜਿਹੜੇ ਉਹਨਾਂ ਦੇ ਮਾਸਟਰ ਉਹ ਕਰਨਗੇ, ਲੋਕ ਗੀਤਾਂ ਜਿਹੜੇ ਲੋਕ ਗੀਤਾਂ ਦੇ ਮਾਹਰ ਨੇ ਉਹ ਜੱਜ ਕਰ ਰਹੇ ਨੇ ਆਪਣੇ ਅਲੱਗ ਅਲੱਗ। ਅਤੇ ਇਸ ਕਿੰਨੇ ਰੋਜ਼ਾ ਇਹ ਜਿਹੜਾ ਮੇਲਾ ਚੱਲੇ? ਇਹ 3 ਰੋਜ਼ਾ ਮੇਲਾ ਜੀ, ਅੱਜ 13 ਤਰੀਕ ਆ, 14 ਅਤੇ 15, 3 ਚੱਲੇਗਾ। 15 ਦੀ ਰਾਤ ਨੂੰ ਇਹਦੀ 8-9 ਵਜੇ ਦੀ ਕਲੋਜ਼ਿੰਗ ਸੈਰਾਮਨੀ ਹੈਗੀ ਆ। ਬਹੁਤ ਵੱਡੇ ਲੈਵਲ 'ਤੇ ਵੱਡੇ ਵੱਡੇ ਸਿੰਗਰ, ਨਾਮੀ ਸਿੰਗਰ ਆ ਜਿਨ੍ਹਾਂ ਨੇ ਆਪਣੀ ਜਿਨ੍ਹਾਂ ਦੀ ਜ਼ਿੰਦਗੀ, ਜੇ ਤੁਸੀਂ ਮੈਂ ਤੁਹਾਨੂੰ ਕਹਾਂ ਕਿ ਜਿੱਦਾਂ ਲਖਵਿੰਦਰ ਵਡਾਲੀ ਜੀ ਆ ਨਿਆਣਾ, ਉਹਨਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਇੱਥੋਂ ਕੀਤੀ ਆ। ਹੰਸਰਾਜ ਜੀ ਵਰਗੇ ਜਿਹੜੇ ਸਿੰਗਰ ਇੰਨੇ ਨਾਮੀ ਪਦਮਸ਼੍ਰੀ ਹੋਏ ਨੇ, ਉਹਨਾਂ ਦੀ ਉਹ ਇੱਥੋਂ ਦੀ ਪੈਦਾਇਸ਼ ਨੇ, ਇੱਥੋਂ ਦੀ ਪ੍ਰੋਡਕਸ਼ਨ ਨੇ ਉਹ। ਇਹ ਬਹੁਤ ਪੁਰਾਣੀ ਇੰਸਟੀਟਿਊਸ਼ਨ ਆ ਔਰ ਬਹੁਤ ਜਿੰਨੇ ਨਾਮੀ ਕਲਾਕਾਰ ਆ ਉਹ ਸਾਰੇ ਇਹਦੀ ਦੇਦੇ ਹਨ। ਇਹ ਖਰਚਾ ਸਾਰਾ ਹੀ ਜਿਹੜੀ ਸਾਡੀ ਸੁਸਾਇਟੀ ਆ, ਜਿਹੜੀ ਸਾਡੀ ਇੰਡੀਅਨ ਕਲਚਰ ਐਸੋਸੀਏਸ਼ਨ ਆ, ਉਹ ਸਾਰਾ ਕਰ ਰਹੀ ਹੈ।